ਹੁਸ਼ਿਆਰਪੁਰ ਦੇ ਪਿੰਡ ਅਜੋਵਾਲ 'ਚ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਦੇ ਹੱਕ 'ਚ ਭਰਵੀਂ ਇਕੱਤਰਤਾ ਭਾਜਪਾ ਆਗੂ ਸਤੀਸ਼ ਬਾਵਾ ਅਤੇ ਬੱਬੂ ਅਜੋਵਾਲ ਦੀ ਅਗਵਾਈ 'ਚ ਹੋਈ, ਜਿਸ ਵਿੱਚ ਮੁੱਖ ਤੌਰ 'ਤੇ ਸਾਬਕਾ ਮੰਤਰੀ ਤੀਕਸ਼ਣ ਸੂਦ, ਸਾਬਕਾ ਮੇਅਰ ਸ਼ਿਵ ਸੂਦ ਸਮੇਤ ਭਾਜਪਾ ਦੇ ਹੋਰ ਸੀਨੀਅਰ ਆਗੂ ਵੀ ਹਾਜ਼ਰ ਹੋਏ। ਇਕੱਠ ਨੂੰ ਸੰਬੋਧਨ ਕਰਦਿਆਂ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੇ ਭਾਰਤੀ ਜਨਤਾ ਪਾਰਟੀ ਦੀ ਉਪਲਬਧੀਆਂ ਤੋਂ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ ਅਤੇ ਕਿਹਾ ਕਿ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵੱਲੋਂ ਆਪਣੇ ਕਾਰਜਕਾਲ ਦੌਰਾਨ ਇਸ ਪਿੰਡ 'ਚ ਵੱਡੇ ਪੱਧਰ 'ਤੇ ਕਰੋੜਾਂ ਦੀ ਲਾਗਤ ਵਾਲੇ ਕੰਮ ਕਰਵਾਏ ਗਏ ਨੇ ਅਤੇ ਆਉਣ ਵਾਲੇ ਸਮੇਂ 'ਚ ਇਸ ਪਿੰਡ ਨੂੰ ਹੋਰ ਵੀ ਬੁਲੰਦੀਆਂ 'ਤੇ ਲਿਜਾਇਆ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵਰਤਿਆਂ ਅਨੀਤਾ ਸੋਮ ਪ੍ਰਕਾਸ਼ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਹੈ ਉਸ ਵਕਤ ਤੋਂ ਹੀ ਪੰਜਾਬ 'ਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਵੀ ਚੀਜ਼ ਨਹੀਂ ਰਹੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਅਨੀਤਾ ਸੋਮ ਪ੍ਰਕਾਸ਼ ਨੇ ਕਿਹਾ ਕਿ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਅੱਜ ਤੱਕ ਜੋ ਵੀ ਕਿਹਾ ਉਹ ਪੂਰਾ ਕੀਤਾ ਅਤੇ ਆਉਣ ਵਾਲੇ ਸਮੇਂ 'ਚ ਸਾਡੀ ਪਾਰਟੀ ਪੂਰੇ ਹੁਸ਼ਿਆਰਪੁਰ ਹਲਕੇ ਦੀ ਨੁਹਾਰ ਬਦਲਣ ਲਈ ਦਿਨ ਰਾਤ ਕੰਮ ਕਰੇਗੀ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਬਹੁਤ ਉਤਸ਼ਾਹ ਹੈ ਯੂਥ ਦੇ ਵਿੱਚ, ਪਿੰਡ ਵਾਸੀਆਂ 'ਚ, ਪੰਚਾਇਤ 'ਚ, ਪਿੰਡ ਅਜੋਵਾਲ ਦੇ ਵਿੱਚ। ਤੁਸੀਂ ਦੇਖਿਆ ਕਿ ਕਿੰਨਾ ਉਤਸ਼ਾਹ ਆ, ਸਾਰੇ ਮੋਦੀ ਜੀ ਨੂੰ ਲੈ ਕੇ ਉਤਸ਼ਾਹ ਆ, ਭਾਰਤ ਦੀ ਤਰੱਕੀ ਨੂੰ ਲੈ ਕੇ ਉਤਸ਼ਾਹ ਆ ਕਿ ਅਸੀਂ ਭਾਰਤ ਦੀ ਤਰੱਕੀ ਦੇਖਣਾ ਚਾਹੁੰਦੇ ਹਾਂ। ਇਸ ਲਈ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਖੜ੍ਹੇ ਹਾਂ, ਮੋਦੀ ਜੀ ਦੇ ਨਾਲ ਖੜ੍ਹੇ ਹਾਂ। ਆਪਾਂ ਮੌਜੂਦਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਹੋਰਾਂ ਦੀ ਗੱਲ ਕਰੀਏ, ਕਹਿੰਦੇ 7 ਕਰੋੜ ਰੁਪਇਆ ਪਿੰਡ ਨੂੰ ਅੱਜ ਤੱਕ ਉਹ ਜਾਰੀ ਕਰ ਚੁੱਕੇ ਆ, ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਕਹਿੰਦੇ 2.5 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ, 1 ਰੁਪਇਆ ਨਹੀਂ ਆਇਆ। ਦੇਖੋ, ਜਿਨ੍ਹਾਂ ਨੇ ਨਹੀਂ ਕੁਛ ਕਰਨਾ ਹੁੰਦਾ ਉਹਨਾਂ ਨੂੰ ਦੂਜਿਆਂ ਦਾ ਵੀ ਲੱਗਦਾ ਕਿ ਉਹ ਵੀ ਨਹੀਂ ਕਰਦੇ। ਸੋਮ ਪ੍ਰਕਾਸ਼ ਜੀ ਜੋ ਕਹਿੰਦੇ ਆ ਉਹ ਕਰਦੇ ਆ, ਉਹ ਤੋਂ ਕਦੀ ਪਿੱਛੇ ਨਹੀਂ ਹਟਦੇ ਜਿੰਨੀ ਦੇਰ ਉਹ ਪੂਰਾ ਨਾ ਹੋ ਜਾਵੇ। ਔਰ ਇਹ ਪਿੰਡ ਵਾਲਿਆਂ ਨੇ ਦੱਸਣਾ ਹੁੰਦਾ ਨਾਲ ਹੀ ਵੀ ਸਾਡੇ ਕੋਲ ਪੈਸਾ ਆ ਗਿਆ ਕਿ ਨਹੀਂ ਆਇਆ। ਪਿੰਡ ਵਾਲਿਆਂ ਨੂੰ ਪਤਾ ਸਾਡੇ ਪਿੰਡ 'ਚ ਪੈਸਾ ਲੱਗਿਆ, ਉਹ ਸਾਰੇ ਜਵਾਬ ਉਹ ਦਿੰਦੇ ਆ, ਸਾਨੂੰ ਦੇਣ ਦੀ ਲੋੜ ਨਹੀਂ ਪੈਂਦੀ ਹੈ। ਸਮੱਸਿਆਵਾਂ ਵੀ ਦੱਸਿਆ ਪਿੰਡ ਵਾਲਿਆਂ ਨੇ ਕੀ ਕੰਮ ਹੋਣੇ ਜਿਹੜੇ ਬਾਕੀ ਨੇ ਪਿੰਡ ਦੇ? ਨਹੀਂ, ਉਹ ਤਾਂ ਖੁਸ਼ ਹੈ ਕਿ ਉਹਨਾਂ ਦੇ ਪਿੰਡ 'ਚ ਪਹਿਲਾਂ ਹੀ ਬਹੁਤ ਕੰਮ ਹੋਏ ਆ ਔਰ ਬਾਕੀ ਰਹਿੰਦੇ ਵੀ ਸਾਰੇ ਕੰਮ ਜਿਹੜੇ ਆ ਉਹ ਕਰਨੇ ਆ। ਸਮਾਨ ਅਤੇ ਪਰਮਾਤਮਾ ਨੇ ਮੌਕਾ ਦਿੱਤਾ ਤਾਂ ਉਹ ਸਾਰੇ ਕੰਮ ਕਰਾਂਗੇ। ਕਿਸਾਨਾਂ ਵੱਲੋਂ ਲਗਾਤਾਰ ਘਿਰਾਓ ਕੀਤਾ ਜਾ ਰਿਹਾ ਤੁਹਾਡਾ, ਮੁਕੇਰੀਆਂ ਦੇ ਵਿੱਚ ਵੀ, ਚੱਬੇਵਾਲ ਵਿੱਚ ਵੀ, ਹਰਗੋਬਿੰਦਪੁਰ ਵਿੱਚ ਵੀ, ਉਹ ਅਜੇ ਵੀ ਨਾਰਾਜ਼ ਨਜ਼ਰ ਆ ਰਹੇ ਨੇ? ਕੁਛ ਨਹੀਂ, ਉਹਨਾਂ ਦੀ ਨਾਰਾਜ਼ਗੀ ਨਹੀਂ ਹੈ, ਉਹਨਾਂ ਦੇ ਕੁਛ ਸਵਾਲ ਹੈ, ਉਹਨਾਂ ਦੇ ਜਵਾਬ ਮੈਂ ਹਰ ਵਾਰੀ ਦੇ ਕੇ ਆਉਂਦੀ ਹਾਂ ਔਰ ਉਹਨਾਂ ਨੂੰ ਸੰਤੁਸ਼ਟੀ ਵੀ ਹੁੰਦੀ ਹੈ। ਪਰ ਉਹਨਾਂ ਨੇ ਜੋ ਨਾਅਰੇਬਾਜ਼ੀ ਕਰਨੀ ਉਹਨਾਂ ਦਾ ਹੱਕ ਹੈ, ਅਧਿਕਾਰ ਹੈ, ਉਹਨਾਂ ਨੂੰ ਮੈਂ ਰੋਕ ਨਹੀਂ ਸਕਦੀ ਧਰਨਾ ਲਾਉਣਾ। ਔਰ ਮੈਂ ਜ਼ਰੂਰ ਉਹਨਾਂ ਨੂੰ ਮਿਲ ਕੇ ਆਉਂਦੀ ਹਾਂ ਬੜੇ ਪਿਆਰ ਦੇ ਨਾਲ ਔਰ ਉਹ ਵੀ ਗੱਲ ਕਰਦੇ ਆ। We at GNA University see potential in everyone and everything around us. We drive innovation and entrepreneurship. We groom competent global citizens to affect positive change around them.